शहर पहुंची। इस दौरान जसविंदर वल्ला ने बताया कि फिल्म एक्शन कॉमेडी और रोमांस से भरपूर है। पंजाब और विदेशों की कहानी पर ये फिल्म आधारित है जो कि दर्शकों को काफी पसंद आएगी। आइए जानते हैं जसविंदर वल्ला से इन लम्हों के बारे में। पंजाब के शो गोल्डन टॉक्स विद शिप्रा में सारे पंजाबीज का वार्म वार्म वेलकम। यस, वी आर हियर इन स्मार्ट सिटी लुधियाना टू इंट्रोड्यूस यू टू द किंग ऑफ कॉमेडी, पंजाबी कॉमेडी के हमारे जो किंग माने जाते हैं मिस्टर जसविंदर भल्ला जी, वो आज हमारे साथ हैं। जैसे हम कहते हैं ना कि अगर मैगी बनाया और उसमें मैगी मसाला ना हो तो मैगी बिल्कुल अनफ्लेवर्ड बनेगी, ऐसे ही कहा जाता है कि अगर पंजाबी मूवीज़ में जसविंदर भल्ला जी की कॉमेडी हमें देखने को नहीं मिलेगी तो बिल्कुल मज़ा नहीं आता पंजाबी मूवीज़ देखने का। तो चलिए ज़्यादा टाइम ना वेस्ट करते हुए आपको मिलवाते हैं किंग ऑफ कॉमेडी मिस्टर जसविंदर भल्ला जी से। हेलो सर, वेलकम टू टाइम्स पंजाब टीवी। थैंक यू जी, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਰੂ ਦੇ ਵਿੱਚ ਹੀ ਤੁਸੀਂ ਮੈਨੂੰ ਮੈਗੀ ਦੇ ਨਾਲ ਮਿਲਾ ਛੱਡਿਆ। ਮੈਗੀ ਤਾਂ 2 ਮਿੰਟ 'ਚ ਹੀ ਤਿਆਰ ਹੋ ਜਾਂਦੀ ਹੈ, ਪਰ ਸਰ ਆਪ ਵੀ ਹਸਾਣੇ ਕੇ ਲਈ 2 ਮਿੰਟ ਵੀ ਰੈਡੀ ਹੋ ਜਾਂਦੇ ਲਈ ਪਤਾ ਨਹੀਂ ਕਿੰਨੇ ਸਾਲ ਲੱਗ ਗਏ ਮਿਹਨਤ ਕਰਦਿਆਂ ਨੂੰ, ਪੜਦਿਆਂ ਨੂੰ, ਫਿਰ ਉਸ ਤੋਂ ਬਾਅਦ ਥੀਏਟਰ ਕਰਦਿਆਂ ਨੂੰ, ਫਿਰ ਸਿਨੇਮੇ ਜਾਂਦਿਆਂ ਨੂੰ, ਛਣਕਾਟਾ ਕਰਦਿਆਂ ਨੂੰ, ਫਿਰ ਜਾ ਕੇ ਸਰੋਤਿਆਂ ਦਾ ਪਿਆਰ ਹਾਸਲ ਹੋਇਆ। ਸੋ 2 ਮਿੰਟਾਂ ਦੇ ਵਿੱਚ ਮੈਗੀ ਵਾਂਗੂ ਤਾਂ ਨਹੀਂ ਭੱਲਾ ਤਿਆਰ ਹੋਇਆ। मैडम यही आपने वैसे बता ही दिया, तो हम यही पूछना चाहेंगे कि आप इतने सालों से हमारी पंजाबी इंडस्ट्री को हंसाते आ रहे हैं, तो आप क्या बाय बर्थ ही आपका ये नेचर है कि हंसने हंसाने वाला माहौल रहता था आपके घर में? एक्चुअली जब मैं अपने गवर्नमेंट हाई स्कूल द्राहा दे विच पढ़ता सी, ते उदे विच मैं अपने स्कूल का बाल सभा का सैकटरी सी और हर सैटरडे प्रोग्राम हुंदा सी ते मैं स्टेज संभालदा सी, पर उदे विच मैं एक अद्धा चुटकला जरूर सुना दिंदा हुंदा सी। सो लोग बच्चे हस पैंदे सी ते उदों तों ही मैनूं अच्छा लगदा सी जदों मैं कोई गल करां ते लोग हसण, ते बस उदों तों मैनूं अच्छा लग्गिया कि मैं जे एक्सेल करूँगा तां इस फील्ड विच कॉमेडी वाले च करूँगा। ते मोरओवर मैं मित्तल साहब दा फैन सी, उहनां दी कोई फिल्म नहीं छड्दा हुंदा सी पंजाबी। सो आहिस्ता आहिस्ता जदों पढ़न लगे यूनिवर्सिटी दे विच आए, यूथ फेस्टिवल दे विच हिस्सा लैणा शुरू कीता, प्ले वी उस तरहां दे सिलेक्ट कीते ਜਿਹਦੇ ਵਿੱਚ ਕਾਮੇਡੀ ਹੁੰਦੀ ਸੀ। ਸੋ ਇੱਕ ਨੇਚਰ ਬਣ ਗਈ। ਫਿਰ ਛਣਕਾਟਾ ਹੀ ਸਾਰਾ ਹੈ ਹੀ ਕਾਮੇਡੀ ਬੇਸ ਸੀ, ਜਦੋਂ 27 ਐਲਬਮ ਛਣਕਾਟੇ ਦੀਆਂ ਕੱਢੀਆਂ ਫੁੱਲ ਆਫ ਕਾਮੇਡੀਜ਼। ਉਸ ਤੋਂ ਬਾਅਦ ਜਿਹੜੀਆਂ ਹੁਣ ਫਿਲਮਾਂ ਦੇ ਵਿੱਚ ਰੋਲ ਵੀ ਮਿਲਦੇ ਨੇ ਉਹ ਵੀ ਇੱਦਾਂ ਦੇ ਹੀ ਮਿਲਦੇ ਨੇ, ਕੋਈ ਸੀਰੀਅਸ ਰੋਲ ਮਿਲਦਾ ਹੀ ਨਹੀਂ ਕਰਨ ਨੂੰ। ਔਰ ਅਗਰ ਸਰ ਸੀਰੀਅਸ ਰੋਲ ਮਿਲੇ ਆਪਕੋ ਤਾਂ ਕਿਆ ਕਰਨਾ ਚਾਹੇਂਗੇ? ਕੋਸ਼ਿਸ਼ ਕਰਾਂਗੇ ਕਰਨ ਦੀ, ਪਰ ਲੋਕ ਦਰਸ਼ਕ ਸਾਨੂੰ ਦੇਖਣਾ ਹੀ ਇੱਦਾਂ ਪਸੰਦ ਕਰਦੇ ਆ ਵੀ ਇਹ ਜੋਕਰ ਹਸਾਈ ਜਾਣ ਸਾਨੂੰ। ਸਰ ਉਹ ਵੀ ਕਹਿੰਦੇ ਨਾ ਇੱਕ ਟੈਗਲਾਈਨ ਫਿਕਸ ਹੋ ਜਾਂਦੀ ਹੈ, ਅਗਰ ਆਪ ਕਾਮੇਡੀ ਥੋੜ੍ਹਾ ਸੀਰੀਅਸ ਰੋਲ ਵੀ ਕਰੇਂਗੇ ਤਾਂ ਆਈ ਥਿੰਕ ਮੈਨੂੰ ਲੱਗਦਾ ਕਿ ਲੋਕ ਐਕਸਪੈਕਟ ਕਰੇਂਗੇ ਕਿ ਨਹੀਂ ਜਸਵਿੰਦਰ ਭੱਲਾ ਜੀ ਕੋ ਤਾਂ ਹਮਨੇ ਕਾਮੇਡੀ ਕਰਤੇ ਵੀ ਦੇਖਣਾ ਹੈ। ਚਲੋ ਜੀ, ਕੋਈ ਬਾਤ ਨਹੀਂ, ਜਦੋਂ ਸਾਨੂੰ ਕੋਈ ਪ੍ਰੋਡਿਊਸਰ ਡਾਇਰੈਕਟਰ ਕੋਈ ਰਿਸਕ ਲਊਗਾ ਪੈਸੇ ਖਰਚ ਕੇ ਵੀ ਇਹਦੇ ਕੋਲੋਂ ਸੀਰੀਅਸ ਕਰਾ ਕੇ ਦੇਖਦੇ ਹਾਂ, ਉਦੋਂ ਸੀਰੀਅਸ ਵੀ ਕਰ ਲਾਂਗੇ। ਤਾਂ ਸਰ ਜੈਸੇ ਹਮ ਸਭੀ ਜਾਣਤੇ ਹੈ ਕਿ ਕਹਤੇ ਨਾ ਇਟਸ ਅ ਵੈਰੀ ਡਿਫੀਕਲਟ ਟਾਸਕ ਟੂ ਮੇਕ ਸਮਵਨ ਲਾਫ, ਕਿਸੇ ਕੋ ਹਸਾਨਾ ਬਹੁਤ ਮੁਸ਼ਕਿਲ, ਔਰ ਅੱਜ ਕੱਲ੍ਹ ਕੀ ਸਪੈਸ਼ਲੀ ਜੋ ਟਾਈਮ ਚੱਲ ਰਿਹਾ ਹੈ ਹਰ ਕੋਈ ਇਗੋਇਸਟਿਕ ਹੈ, ਤਾਂ ਆਪਕੋ ਲੱਗਤਾ ਹੈ ਕਿ ਆਪਕੇ ਲਈ ਕਿਤਨਾ ਡਿਫੀਕਲਟ ਹੈ ਲੋਕੋ ਕੋ ਹਸਾਨਾ? ਦੇਖੋ, ਲੋਕਾਂ ਨੂੰ ਹਸਾਉਣ ਲਈ ਕਿਸੇ ਸਟੇਜ 'ਤੇ ਪਰਫੋਰਮੈਂਸ ਦੇਣ ਤੋਂ ਪਹਿਲਾਂ ਰਿਹਰਸਲ ਬਹੁਤ ਮਸਟ ਹੈ। ਅਗਰ ਅਸੀਂ ਕੋਈ ਜੋਕ ਕੋਈ ਸਕਿੱਟ ਦਰਸ਼ਕਾਂ ਤੱਕ ਲੈ ਕੇ ਆਉਣੀ ਆ, ਛਣਕਾਟੇ 'ਚ ਲੈ ਕੇ ਆਉਣੀ ਆ, ਫਿਲਮਾਂ 'ਚ ਲੈ ਕੇ ਆਉਣੀ ਆ, ਉਸ ਪੰਚ ਨੂੰ ਅਸੀਂ ਪਹਿਲਾਂ ਆਪਣੇ ਕਲੋਜ਼ ਸਰਕਲ ਦੇ ਵਿੱਚ ਜਿਹੜੀ ਬਰੀਕ ਛਾਣਨੀ ਹੁੰਦੀ ਆ ਜਿਹਨੂੰ ਕਹਿੰਦੇ ਆ, ਉਹਨਾਂ ਨੂੰ ਸੁਣਾ ਕੇ ਦੇਖੀਦਾ। ਅਗਰ ਉਹ ਹੱਸਦੇ ਆ, ਉਹ ਚੀਜ਼ ਨੂੰ ਰਿਸਪੋਂਸ ਦਿੰਦੇ ਆ, ਉਹ ਚੀਜ਼ ਪੁਣੀ ਜਾਂਦੀ ਆ, ਫਿਰ ਸਾਨੂੰ ਪਤਾ ਲੱਗਦਾ ਵੀ ਜਿਹੜੇ ਆ ਬੁੱਧੀਜੀਵੀ ਹੱਸ ਸਕਦੇ ਆ ਤਾਂ ਆਮ ਲੋਕ ਵੀ ਹੱਸ ਸਕਦੇ ਆ ਇਸਦੇ। ਸੋ ਕੋਸ਼ਿਸ਼ ਕਰੀਦੀ ਆ ਉਹ ਚੀਜ਼ ਨੂੰ ਪਹਿਲਾਂ ਰਿਹਰਸ ਕਰ ਲਈਏ। ਜੈਸੇ ਆਪ ਇਤਨਾ ਹਸਾਤੇ ਹੈ ਤੋ ਵੋ ਜੋ ਪੰਚੀਜ਼ ਹੋਤੇ ਹੈ ਕਾਮੇਡੀ ਕੇ, ਵੋ ਆਪ ਖੁਦ ਲਿਖਤੇ ਹੈ ਯਾ ਆਪਕੋ ਵੀ ਸਕ੍ਰਿਪਟ ਮਿਲਤੀ ਹੈ ਇਸ ਚੀਜ਼ ਕੀ? ਨਹੀਂ, ਦੇਖੋ, ਸਾਨੂੰ ਸਕ੍ਰਿਪਟ ਤੋਂ ਬਾਹਰ ਤਾਂ ਜਾਣਾ ਨਹੀਂ ਪੈਂਦਾ ਕਿਉਂਕਿ ਸਟੋਰੀ ਆ, ਇਟਸ ਨਾਟ ਛਣਕਾਟਾ ਵੀ ਇੱਕ ਜੋਕ ਖਤਮ ਹੋਇਆ ਅਗਲਾ ਜੋਕ ਸਟਾਰਟ ਕਰ ਲਿਆ। ਇਹਦੇ ਵਿੱਚ ਸਾਨੂੰ ਹਰ ਇੱਕ ਸੀਨ ਦੇ ਵਿੱਚ ਇੱਕ ਜਿਹੜਾ ਬੱਝੀ ਹੋਈ ਸਕ੍ਰਿਪਟ ਹੁੰਦੀ ਆ 1.5 ਮਿੰਟ ਦੀ, ਉਹਦੇ ਵਿੱਚ ਰਹਿਣਾ ਪੈਂਦਾ ਦਾਇਰੇ ਦੇ ਵਿੱਚ, ਪਰ ਦਾਇਰੇ ਦੇ ਵਿੱਚ ਰਹਿ ਕੇ ਵੀ ਸਾਨੂੰ ਕੌਮਿਕ ਕ੍ਰੀਏਟ ਕਰਨੀ ਪੈਂਦੀ ਆ, ਕੋਈ ਐਸੇ ਪੰਚਸ ਦੇਣੇ ਪੈਂਦੇ ਆ ਕਿ ਦਰਸ਼ਕ ਉਹ ਚੀਜ਼ ਨੂੰ ਰੈਲਿਸ਼ ਵੀ ਕਰਨ, ਸਟੋਰੀ ਤੋਂ ਬਿਨਾਂ ਨਿਖੜਨ, ਔਰ ਅੱਗੋਂ ਅਗਲੇ ਸੀਨ ਦੀ ਅਸੀਂ ਲੀਡ ਵੀ ਦੇ ਸਕੀਏ। ਸੋ ਇੰਨੀ ਕੁ ਸਾਨੂੰ ਲਿਬਰਟੀ ਜ਼ਰੂਰ ਪ੍ਰੋਡਿਊਸਰ ਡਾਇਰੈਕਟਰ ਦੇ ਦਿੰਦੇ ਆ ਕਿ ਭੱਲਾ ਜੀ ਆਪਣਾ ਫਲੇਵਰ ਔਰ ਸਟਾਈਲ ਉਹ ਜ਼ਰੂਰ ਵਿੱਚ ਡਿਲੀਵਰ ਕਰ ਦਿਓ। ਜਬ ਆਪ ਕਾਮੇਡੀ ਕਰਤੇ ਹੈ ਤੋ ਆਪਕੇ ਫੇਸ ਐਕਸਪ੍ਰੈਸ਼ਨਸ ਵੀ ਬਿਲਕੁਲ ਨੈਚੁਰਲ ਆਤੇ ਹੈ ਕਿ ਪਤਾ ਲੱਗਤਾ ਹੈ ਕਿ ਯੂ ਆਰ ਡੂਇੰਗ ਅ ਰੀਅਲ ਕਾਮੇਡੀ ਇਨ ਮੂਵੀਜ਼। ਤੋ ਸਰ ਇੱਕ ਚੀਜ਼ ਹਮੇਂ ਬਤਾਈਏ ਕਿ ਅਭੀ ਜੈਸੇ ਆਪਕਾ ਜੋ ਛਣਕਾਟਾ ਕਾ ਐਕਸਪੀਰੀਅੰਸ ਰਹਾ ਥਾ ਵੋ ਵੀ ਆਪਕੀ ਸਾਰੀ ਐਲਬਮ ਸੁਪਰ ਡੁਪਰ ਹਿੱਟ ਗਈ ਥੀ, ਸਭਨੇ ਬਹੁਤ ਐਪਰੀਸ਼ੀਏਟ ਕੀਆ ਥਾ, ਤੋ ਉਸ ਟਾਈਮ ਆਪਕੋ ਕੈਸਾ ਲਗਾ ਕਿ ਜਬ ਆਪਕੋ ਲਗਾ ਕਿ ਪੰਜਾਬੀ ਲੋਗੋ ਸੇ ਆਪਕੋ ਇਤਨਾ ਪਿਆਰ ਮਿਲਿਆ ਉਸ ਐਲਬਮ ਕੋ ਲੈ ਕੇ ਕਿ ਆਪ ਕਿਤਨੇ ਮੋਟੀਵੇਟ ਹੋਏ ਥੇ ਉਸ ਟਾਈਮ? ਬਹੁਤ ਅੱਛਾ ਲੱਗਦਾ ਸੀ, ਹਰ ਸਾਲ ਸਾਨੂੰ ਛਣਕਾਟਾ ਦੇਣਾ ਪੈਂਦਾ ਸੀ ਔਰ ਲੋਕ
ਕਹਿ ਸਕਦੇ ਹੋ ਵੀ ਬਰੂਹਰ ਤੇ ਦਸਤਕ ਦੇਣ ਵਾਲੀ ਗੱਲ ਹੋ ਜਾਂਦੀ ਸੀਗੀ ਬਈ ਤੁਸੀਂ ਅਗਲਾ ਛਣਕਾਟਾ ਕਦੋਂ ਆ ਰਿਹਾ ਕਦੋਂ ਆ ਰਿਹਾ ਔਰ ਇੱਕ ਵਾਰੀ 2 ਸਾਲ ਤਾਂ ਲਗਾਤਾਰ ਐਸਾ ਰਿਹਾ ਸੀ ਕਿ ਸਾਨੂੰ ਸਾਲ ਦੇ ਵਿੱਚ 3 ਛਣਕਾਟੇ ਦੇਣੇ ਪਏ 92.5 93.5 ਸੋ ਫਿਰ 4.25 ਸੋ ਇਸ ਤਰ੍ਹਾਂ ਕਰਕੇ ਸਾਨੂੰ 3 ਛਣਕਾਟੇ ਘੱਟੋ ਘੱਟ ਅਸੀਂ ਐਸਟੈਬਲਿਸ਼ ਕੀਤੇ ਆ 1 ਸਾਲ ਦੇ ਅੰਦਰ ਅੰਦਰ ਉਹ ਦਰਸ਼ਕਾਂ ਦਾ ਪਿਆਰ ਹੀ ਸੀ ਅਗਰ ਸਾਨੂੰ ਬਰਦਾਸ਼ਤ ਕਰਦੇ ਸੀ ਸੁਣਦੇ ਸੀ ਤਦੇ ਅਸੀਂ ਦੇ ਪਾਉਂਦੇ ਸੀਗੇ ਉਹ ਚੀਜ਼ ਨੂੰ ਨੀਲੂ ਜੀ ਕੀ ਆਪਨੇ ਉਸੇ ਬਹੁਤ ਲੈਗ ਪੁਲਿੰਗ ਕੀਤੀ ਔਰ ਹਮਨੇ ਦੇਖਿਆ ਕਿ ਆਪਨੇ ਜੋ ਹਮਾਰੇ ਪੋਲੀਟੀਸ਼ੀਅਨਸ ਹੈ ਉਨਕੀ ਵੀ ਕਹੀਂ ਨਾ ਕਹੀਂ ਟਾਂਗ ਖਿਚਾਈ ਬਹੁਤ ਹੋਈ ਥੀ ਛਣਕਾਟਾ ਮੇਂ ਤੋ ਆਪਕੋ ਕਿਆ ਲਗਤਾ ਹੈ ਆਪਕੋ ਕਭੀ ਚਾਂਸ ਮਿਲੇ ਆਪ ਪੋਲੀਟੀਕਲ ਲਾਈਨ ਮੇਂ ਜਾਣਾ ਚਾਹੇਂਗੇ ਐਕਚੁਅਲੀ ਨੀਲੂ ਜੀ ਦੀ ਤੁਸੀਂ ਗੱਲ ਕੀਤੀ ਸ਼ੀ ਇਜ਼ ਵੈਰੀ ਟੈਲੈਂਟਡ ਆਰਟਿਸਟ ਡਾਂਸਰ ਬਹੁਤ ਅੱਛੀ ਆ ਡਾਇਲਾਗ ਡਿਲੀਵਰੀ ਬਹੁਤ ਅੱਛੀ ਆ ਵੋਇਸ ਦੇ ਵਿੱਚ ਕਲੈਰਿਟੀ ਬਹੁਤ ਅੱਛੀ ਆ ਔਰ ਮੋਰ ਓਵਰ ਮੇਰੇ ਬਾਲਮਕੰਦ ਸ਼ਰਮਾ ਅਤੇ ਨੀਲੂ ਦੇ ਵਿੱਚ ਛਣਕਾਟਿਆਂ ਦੇ ਵਿੱਚ ਜਿਹੜੀ ਤਿੱਕੜੀ ਸਾਡੀ ਲੋਕਾਂ ਨੇ ਪਿਆਰ ਦਿੱਤਾ ਔਰ ਲੋਕ ਹੁਣ ਤੱਕ ਯਾਦ ਕਰਦੇ ਆ ਔਰ ਹੁਣ ਵੀ ਕਹਿੰਦੇ ਆ ਕਿ 2009 ਤੋਂ ਬਾਅਦ ਤੁਹਾਡਾ ਛਣਕਾਟਾ ਨਹੀਂ ਆਇਆ ਅਤੇ ਤੁਸੀਂ ਛਣਕਾਟਾ ਜ਼ਰੂਰ ਲੈ ਕੇ ਆਓ ਬਾਕੀ ਪੋਲੀਟਿਕਸ ਬਾਰੇ ਆ ਮੇਰਾ ਕੋਈ ਬਹੁਤਾ ਇੰਟਰਸਟ ਨਹੀਂ ਆ ਪੋਲੀਟਿਕਸ ਬਾਰੇ ਹਾਂ ਬਾਲਮਕੰਦ ਸ਼ਰਮਾ ਜੀ ਦਾ ਹੈ ਅਗਰ ਉਹ ਪੋਲੀਟਿਕਸ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਜਾਣਾ ਚਾਹੁੰਗੇ ਮੈਂ PA ਬਣ ਜੂ ਉਹਨਾਂ ਦਾ ਮਤਲਬ PA ਬਣ ਕੇ ਵੀ ਆਪ ਲੈਗ ਪੁਲਿੰਗ ਕਰਨਾ ਦੈਟਸ ਗੁੱਡ ਸਰ ਇੱਕ ਚੀਜ਼ ਹਮੇ ਬਤਾਈਏ ਕਿ ਹਮ ਆਪਕੀ ਹਰ ਜੋ ਪੰਜਾਬੀ ਮੂਵੀ ਹੁੰਦੀ ਹੈ ਜੋ ਬਹੁਤ ਹਸਾਤੀ ਹੈ ਸਭਕੋ ਉਸਮੇ ਆਪਕਾ ਇੱਕ ਟੈਗ ਲਾਈਨ ਹੋਤੀ ਹੈ ਇੱਕ ਡਾਇਲੋਗ ਹੋਤਾ ਹੈ ਜੋ ਆਪ ਪੂਰੀ ਮੂਵੀ ਮੇਂ ਯੂਜ਼ ਕਰਤੇ ਹੈ ਤੋ ਉਸਕੇ ਬਾਰੇ ਮੈਂ ਆਪ ਕੈਸੇ ਕਿ ਆਪਕੋ ਵੋ ਸਕ੍ਰਿਪਟ ਮਿਲਤੀ ਹੈ ਉਸ ਚੀਜ਼ ਕੀ ਆਪਨੇ ਵੋ ਟੈਗ ਲਾਈਨ ਯੂਜ਼ ਕਰਨੀ ਹੈ ਉਹ ਤਕੀਆ ਕਲਾਮ ਇੱਕ ਐਸਾ ਸਬਜੈਕਟ ਹੁੰਦਾ ਫਿਲਮ ਦੇ ਵਿੱਚ ਜਿਹਦੀ ਰਿਪੀਟ ਵੈਲਿਊ ਬਹੁਤ ਹੁੰਦੀ ਆ ਅਗਰ ਤਕੀਆ ਕਲਾਮ ਟਾਈਮਲੀ ਸੂਟੇਬਲ ਡਾਇਲਾਗ ਦੇ ਅਕੋਰਡਿੰਗਲੀ ਡਿਲੀਵਰ ਹੋ ਜਾਵੇ ਪਤਾ ਲੱਗੇ ਵੀ ਇਹਦੀ ਇੱਥੇ ਡਿਮਾਂਡ ਹੈ ਫਿਰ ਤਾਂ ਚਾਹੇ ਤੁਸੀਂ 5-5 ਮਿੰਟ ਬਾਅਦ ਬੋਲੀ ਜਾਓ ਕੋਈ ਫਰਕ ਨਹੀਂ ਪੈਂਦਾ ਅਗਰ ਤੁਸੀਂ ਧੱਕੇ ਨਾਲ ਠੋਸਦੇ ਹੋ ਉਸ ਚੀਜ਼ ਨੂੰ ਤਾਂ ਫਿਰ ਲੋਕ ਬੋਰ ਵੀ ਹੋ ਜਾਂਦੇ ਆ ਉਸ ਚੀਜ਼ ਤੋਂ ਹੁਣ ਕੈਰੀ ਔਨ ਜੱਟਾ ਦਾ ਤਕੀਆ ਕਲਾਮ ਸੀ ਅੱਜ ਤੱਕ ਬੱਚਿਆਂ ਦੇ ਜਵਾਨਾਂ ਦੇ ਬੁੱਢਿਆਂ ਦੇ ਦਿਲ 'ਤੇ ਆ ਵੀ ਐਡਵੋਕੇਟ ਢਿੱਲਾਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਜਿੱਥੇ ਫੁਕਰੀ ਮਾਰਨੀ ਆਪਣੀ ਵਡਿਆਈ ਕਰਨੀ ਉੱਥੇ ਇਹ ਚੀਜ਼ ਬੋਲਣੀ ਅੱਗੋਂ ਬਿਨੂ ਢਿੱਲੋਂ ਨੇ ਉਹਦਾ ਕਾਊਂਟਰ ਪੰਚ ਦੇਣਾ ਸੋ ਇਸੇ ਤਰ੍ਹਾਂ ਇੱਕ ਹੋਰ ਸੀ ਉਹਦੇ 'ਚ ਤਕੀਆ ਕਲਾਮ ਜਦੋਂ ਬੱਚੇ ਨੂੰ ਘੂਰਨਾ ਉਹਨੇ ਕੋਈ ਮਾੜੀ ਗੱਲ ਕਰਨੀ ਤਾਂ ਉਦੋਂ ਕਹਿ ਦੇਣਾ ਅਲੀ ਗੰਦੀ ਲਾ ਦੇਣਾ ਮਜ਼ਾ ਨਾ ਸਵਾਦ ਹੈ ਨਾ ਸੋ ਉਹ ਚੀਜ਼ਾਂ ਜਦੋਂ ਸਟੋਰੀ ਦੇ ਨਾਲ ਨਾਲ ਪੈਰਲਰ ਜਾਂਦੀਆਂ ਨੇ ਤਾਂ ਚੀਜ਼ ਉਹ ਨਿਕਲ ਕੇ ਅੱਛੀ ਆਉਂਦੀ ਹੈ ਆਪਕਾ ਕੋਈ ਪਰਸਨਲ ਟੈਗ ਲਾਈਨ ਵੀ ਹੈ ਜੋ ਆਪ ਨਾਰਮਲੀ ਡੇਲੀ ਬੇਸਿਸ ਪੇ ਯੂਜ਼ ਕਰਤੇ ਹੈ ਲਵ ਯੂ ਵੋ ਲਵ ਯੂ ਟੈਗ ਕਿਸਕੇ ਲਈ ਡਿਲੀਵਰ ਕਰਤੇ ਹੈ ਆਪ ਮੇਲਸ ਔਰ ਫੀਮੇਲਸ ਫਾਰ ਆਲ ਮਾਈ ਫੈਨਸ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਆ ਸੋ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਕਦਮਾਂ 'ਚ ਮੇਰਾ ਸਿਰ ਝੁਕਦਾ ਜਿਹੜਾ ਮੈਨੂੰ ਹੁਣ ਤੱਕ ਇੰਨਾ ਪਿਆਰ ਦਿੰਦੇ ਆ ਰਹੇ ਆ ਮੇਰੀਆਂ ਫਿਲਮਾਂ ਨੂੰ ਦੇਖਦੇ ਆ ਜਿੱਥੇ ਮਿਲਦੇ ਆ ਉੱਥੇ ਖੜ੍ਹਦੇ ਆ ਫੋਟੋ ਕਰਾਉਂਦੇ ਆ ਸਾਰਾ ਕੁਝ ਕਰਾਉਂਦੇ ਆ ਚੀਜ਼ ਅੱਛੀ ਲੱਗਦੀ ਹੈ ਬਹੁਤ ਹੀ ਬਿਊਟੀਫੁਲ ਟੈਗ ਲਾਈਨ ਹੈ ਜੋ ਹਮ ਲਾਸਟ ਮੈਂ ਆਪਸੇ ਜ਼ਰੂਰ ਇੱਕ ਵਾਰ ਡਿਲੀਵਰ ਕਰਵਾਏਂਗੇ ਆਪਣੇ ਚੈਨਲ ਕੋ ਸਰ ਇੱਕ ਚੀਜ਼ ਮੈਂ ਬਤਾਈ ਆਪ ਆਪਕੀ ਮੂਵੀ ਆ ਰਹੀ ਹੈ 14 ਜੂਨ ਕੋ ਰਿਲੀਜ਼ ਹੋਣੇ ਵਾਲੀ ਹੈ ਉਸ ਮੂਵੀ ਕੇ ਬਾਰੇ ਮੈਂ ਕੁਝ ਬਤਾਈ ਆ 14 ਜੂਨ ਕੋ ਫਿਲਮ ਆ ਰਹੀ ਹੈ ਜਿੰਦ ਜਾਨ ਔਰ ਇਸ ਜਿੰਦ ਜਾਨ ਫਿਲਮ ਦੇ ਵਿੱਚ ਮੇਰਾ ਮਾਮੇ ਦਾ ਕਿਰਦਾਰ ਆ ਹੀਰੋ ਫਿਲਮ ਦਾ ਹੈ ਉਹ ਮੇਰਾ ਭਾਣਜਾ ਰਾਜਵੀਰ ਜਵੰਦਾ ਕੁੜੀ ਸਾਰਾ ਸ਼ਰਮਾ ਜਿਹੜੀ ਹੀਰੋਇਨ ਹੈ ਔਰ ਉਪਾਸਨਾ ਸਿੰਘ ਜੀ ਬੜੇ ਸੀਜ਼ਨਡ ਆਰਟਿਸਟ ਨੇ ਉਹਨਾਂ ਨਾਲ ਕੰਮ ਕਰਕੇ ਬੜਾ ਮਜ਼ਾ ਆਉਂਦਾ ਉਹਨਾਂ ਨਾਲ ਕੰਮ ਕਰਕੇ ਸੋ ਭੋਲੇ ਤੋਂ ਭੋਲਾ ਕਰੈਕਟਰ ਕਰਾ ਲਓ ਸ਼ਤਾਨ ਤੋਂ ਸ਼ਤਾਨ ਕਰਾ ਲਓ ਉਹਨਾਂ ਕੋਲੋਂ ਨੋਟੀ ਤੋਂ ਨੋਟੀ ਕਰਵਾ ਲਓ ਰੋਮੈਂਟਿਕ ਰੋਮੈਂਟਿਕ ਕਰਾ ਲਓ ਹਰ ਪਾਸੇ ਪਰਫੈਕਟ ਨੇ ਉਹ ਬੜਾ ਅੱਛਾ ਲੱਗਦਾ ਉਹਨਾਂ ਨਾਲ ਕੰਮ ਕਰਕੇ ਇਸ ਟਾਈਪ ਕੀ ਮੂਵੀ ਹੈ ਆਪਨੇ ਕਿੰਨੀ ਕਾਮੇਡੀ ਦੀ ਹੈ ਇਸ ਮੂਵੀ ਮੇਂ ਇਸ ਫਿਲਮ ਦੇ ਵਿੱਚ ਮਾਮਾ ਭਾਣਜਾ ਕਿਸੇ ਮਿਸ਼ਨ ਦੇ ਤਹਿਤ ਬੈਂਕਾਕ ਜਾਂਦੇ ਆ ਉਸ ਮਿਸ਼ਨ ਨੂੰ ਪੂਰਾ ਕਰ ਪਾਉਂਦੇ ਆ ਕਿ ਨਹੀਂ ਇਹ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲੇਗਾ ਪਰ ਸਟੋਰੀ ਦੇ ਨਾਲ ਨਾਲ ਜਿੱਥੇ ਕਿਤੇ ਰਿਕੁਆਇਰਮੈਂਟ ਆ ਉੱਥੇ ਨਾਲ ਨਾਲ ਹਲਕੀ ਫੁਲਕੀ ਕਾਮੇਡੀ ਚੱਲਦੀ ਆ ਸਰ ਇਸ ਮੂਵੀ ਕੋ ਕੰਪਲੀਟ ਹੋਣੇ ਮੇਂ ਕਿੰਨਾ ਟਾਈਮ ਲੱਗ ਗਿਆ ਹਰ ਫਿਲਮ ਜਿਹੜੀ ਪੰਜਾਬੀ ਆ ਘੱਟੋ ਘੱਟ ਨੂੰ 5-6 ਮਹੀਨੇ ਲੱਗ ਜਾਂਦੇ ਆ ਸਟੋਰੀ ਲਿਖਣੀ ਡਾਇਲੋਗ ਲਿਖਣੇ ਗੀਤ ਗਾਉਣੇ ਰਿਕਾਰਡ ਕਰਨੇ ਫਿਰ ਸ਼ੂਟ ਕਰਨਾ ਸ਼ੂਟ ਤੋਂ ਬਾਅਦ ਐਡਿਟ ਕਰਨੀ ਐਡਿਟ ਤੋਂ ਬਾਅਦ ਡਬਿੰਗ ਕਰਨੀ ਫਿਰ ਇਫੈਕਟਸ ਪਾਉਣੇ ਸੋ ਇਸ ਸਾਰੇ ਕੰਮ ਨੂੰ ਪ੍ਰਮੋਸ਼ਨ ਪਾ ਕੇ 6 ਮਹੀਨੇ ਘੱਟੋ ਘੱਟ ਇੱਕ ਫਿਲਮ ਲਈ ਇੱਕ ਚੀਜ਼ ਜੈਸੇ ਹਮ ਸਭ ਜਾਣਤੇ ਹਾਂ PAU ਮੇਂ ਮਤਲਬ ਅਸਿਸਟੈਂਟ ਆਪ ਵਹਾਂ ਪੇ ਲੈਕਚਰ ਆ ਰਹੇ ਹੈ ਕਿਸ ਪੋਸਟ ਪੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ ਇਸ ਵੇਲੇ ਪ੍ਰੋਫੈਸਰ ਐਂਡ ਹੈੱਡ ਐਕਸਟੈਂਸ਼ਨ ਡਿਪਾਰਟਮੈਂਟ ਦੇ ਵਿੱਚ ਸੇਵਾ ਨਿਭਾ ਰਿਹਾ ਕਿਸਾਨਾਂ ਦੀ ਔਰ ਮੇਰਾ 1 ਸਾਲ ਰਹਿ ਗਿਆ ਜੋਬ ਦਾ ਸੋ ਜਿੱਥੇ ਗੋਇੰਗ ਟੂ ਬੀ ਰਿਟਾਇਰ ਵੈਰੀ ਸੂਨ ਹਾਂਜੀ 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 ਸੋ ਕੋਸ਼ਿਸ਼ ਕਰਾਂਗੇ ਪ੍ਰਮਾਤਮਾ ਨੇ ਉਮਰ ਬਖਸ਼ੀ ਤੰਦਰੁਸਤੀ ਬਖਸ਼ੀ ਲੋਕਾਂ ਦਾ ਪਿਆਰ ਬਰਕਰਾਰ ਰਿਹਾ ਤਾਂ ਜ਼ਰੂਰ ਇਸ ਫਿਲਮ ਲਾਈਨ ਦੇ ਵਿੱਚ
ਵੱਧ ਚੜ ਕੇ ਹੋਰ ਕੰਮ ਪੇ ਵੀ ਆਪ ਸਰਵਿਸਿਸ ਦੇ ਰਹੇ ਹਾਂ ਤਾਂ ਆਪਣੇ ਮੂਵੀ ਲਾਈਨ ਔਰ ਆਪਣੀ ਉਸ ਪ੍ਰੋਫੈਸ਼ਨਲ ਲਾਈਨ ਕੋ ਬੈਲੈਂਸ ਕੈਸੇ ਕੀਆ ਬੈਲੈਂਸ ਦੇਖੋ ਛੁੱਟੀਆਂ ਨੇ ਸਾਰੀਆਂ ਛੁੱਟੀਆਂ ਕੰਜ਼ਿਊਮ ਕਰ ਲਈਦੀਆਂ ਨੇ ਸੈਟਰਡੇ ਸੰਡੇ ਲੋਕ ਫੈਮਲੀ ਨਾਲ ਘੁੰਮਦੇ ਫਿਰਦੇ ਨੇ ਅਸੀਂ ਫੈਮਲੀ ਦੀ ਕੋਸਟ ਦੇ ਉੱਤੇ ਫਿਲਮਾਂ ਕਰਦੇ ਹਾਂ ਫਿਰ ਛੁੱਟੀਆਂ ਲੈ ਲਈਦੀਆਂ ਲੋਕ ਆਪਣੀਆਂ ਛੁੱਟੀਆਂ ਬਚਾ ਕੇ ਰੱਖਦੇ ਨੇ ਤਾਂ ਕਿ ਰਿਟਾਇਰਮੈਂਟ 'ਤੇ 10 ਮਹੀਨੇ ਦੀ ਤਨਖਾਹ ਮਿਲੂਗੀ ਇਕੱਠੀ ਅਸੀਂ ਉਹ ਵੀ ਖਾਈ ਪੀ ਫਿਰਦੇ ਹਾਂ ਸੋ ਕਦੇ ਕਦੇ ਫਿਰ ਫਾਇਦੇ ਵੀ ਨੇ ਬਹੁਤ ਜਦੋਂ ਫੈਮਲੀ ਨੂੰ ਬਾਹਰ ਸ਼ੂਟਿੰਗ 'ਤੇ ਜਾਈਦਾ ਉਦੋਂ ਬਾਹਰਲਾ ਮੁਲਕ ਘੁੰਮਾਜਦਾ ਸੋ ਉਦੋਂ ਲੋਲੀਪੋਪ ਉਹਨਾਂ ਨੂੰ ਮਿਲ ਜਾਂਦਾ ਫਿਰ 1-2 ਸਾਲ ਚੁੱਪ ਰਹਿੰਦੇ ਆ ਆਪਣੀ ਫੈਮਲੀ ਕੋ ਕਿਤਨਾ ਸਾਥੇ ਆ ਦੇਖੋ ਜੀ ਫੈਮਲੀ ਕੋਸ਼ਿਸ਼ ਕਰੀਦੀ ਆ ਘਰ ਵਾਲੀਆਂ ਨੂੰ ਖੁਸ਼ ਕਰਨ ਦੀ ਪਰ ਘਰ ਵਾਲੀਆਂ ਕਦੇ ਖੁਸ਼ ਹੋਈਆਂ ਬਹੁਤ ਹੀ ਅੱਛਾ ਪੰਚ ਮਾਰਾ ਇਸ ਟਾਈਮ ਨਹੀਂ ਜੀ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਵਾਈਫ ਬਹੁਤ ਅੱਛੀ ਮਿਲੀ ਆ ਬੜੀ ਨੇਕ ਆ ਧਾਰਮਿਕ ਆ ਪਾਠ ਪੂਜਾ ਕਰਦੀ ਆ ਸਾਰੇ ਸਾਡੇ ਕੱਪੜੇ ਤਿਆਰ ਕਰਦੀ ਆ ਸ਼ੂਟਿੰਗ ਵਾਲੇ ਮੇਰਾ ਸਾਰਾ ਧਿਆਨ ਰੱਖਦੀ ਆ ਸੋ ਇੰਨੀ ਕੇਅਰਿੰਗ ਵਾਈਫ ਮਿਲੀ ਆ ਆਈ ਐਮ ਥੈਂਕਫੁਲ ਟੂ ਗੋਡ ਸਰ ਜਾਤੇ ਜਾਤੇ ਹਮ ਚਾਹਤੇ ਹਾਂ ਅਬ ਆਪਕੀ ਮੂਵੀ ਰਿਲੀਜ਼ ਹੋਣੇ ਵਾਲੀ ਹੈ ਤੋ ਵੈਸੇ ਤੋ ਆਪਕੀ ਸਾਰੀ ਮੂਵੀ ਸੁਪਰ ਡੁਪਰ ਹਿੱਟ ਜਾਤੀ ਹੈ ਬਹੁਤ ਪ੍ਰੇਸ ਕਰਤੇ ਹੈ ਲੋਕ ਆਪਕੀ ਤੋ ਆਪਕੀ ਇੱਕ ਲੁਧਿਆਨਵੀਸ ਕੋ ਕਿਆ ਅਪੀਲ ਕਰਨਾ ਚਾਹੇਂਗੇ ਇਸ ਮੂਵੀ ਕੋ ਲੈ ਕੇ ਲੁਧਿਆਣਾ ਮੇਰਾ ਸ਼ਹਿਰ ਹੈ ਜੀ ਸੋ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਮੇਰੀਆਂ ਬਾਕੀ ਫਿਲਮਾਂ ਨੂੰ ਪਿਆਰ ਦਿੰਦੇ ਹੋ ਇਸ ਫਿਲਮ ਨੂੰ ਵੀ ਜ਼ਰੂਰ ਦੇਖਿਓ ਔਰ ਮੈਨੂੰ ਉਮੀਦ ਹੈ ਕਿ ਇਸ ਫਿਲਮ ਨੂੰ ਤੁਸੀਂ ਪਸੰਦ ਕਰੋਗੇ ਔਰ ਸਤੰਬਰ ਅਕਤੂਬਰ ਦੇ ਵਿੱਚ ਇੱਕ ਫਿਲਮ ਮੈਂ ਹੋਰ ਲਾਂਚ ਕਰਨ ਜਾ ਰਿਹਾ ਆਪਣੇ ਬੇਟੇ ਨੂੰ ਲੈ ਕੇ ਪੁਖਰਾਜ ਭੱਲਾ ਨੂੰ ਉਹਨੂੰ ਮੈਂ ਐਜ਼ ਅ ਹੀਰੋ ਲਾਂਚ ਕਰਨ ਲੱਗਿਆ ਉਸ ਫਿਲਮ ਦਾ ਨਾਂ ਹੈ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਸੋ ਪਿਓ ਪੁੱਤ ਫਿਲਮ ਦੇ ਵਿੱਚ ਆ ਰਿਹਾ ਉਪਾਸਨਾ ਜੀ ਵੀ ਨੇ ਰਾਣਾ ਜੰਗ ਬਹਾਦਰ ਜੀ ਵੀ ਨੇ ਯੋਗਰਾਜ ਜੀ ਵੀ ਨੇ ਅਨੀਤਾ ਦੇਵਗਨ ਔਰ ਹਰਬੀ ਸੰਘਾ ਜੀ ਨੇ ਉਹ ਫਿਲਮ ਅਸੀਂ ਇੰਗਲੈਂਡ ਅਤੇ ਪੰਜਾਬ ਦੇ ਵਿੱਚ ਦੋਨੋਂ ਥਾਂ ਸ਼ੂਟ ਕੀਤੀ ਆ ਸੋ ਮੈਨੂੰ ਉਮੀਦ ਆ ਉਹ ਵੀ ਤੁਸੀਂ ਫਿਲਮ ਜ਼ਰੂਰ ਪਸੰਦ ਕਰੋਗੇ ਜਿਸ ਤਰ੍ਹਾਂ ਬੇਟੇ ਨੂੰ ਤੁਸੀਂ ਉਸਦੀ ਪਹਿਲੀ ਵੈਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ 'ਚ ਬਹੁਤ ਪਿਆਰ ਦਿੱਤਾ ਸੋ ਮੈਨੂੰ ਉਮੀਦ ਆ ਉਹਦੀ ਪਹਿਲੀ ਫਿਲਮ ਦੇ ਨੂੰ ਵੀ ਤੁਸੀਂ ਇੰਨਾ ਹੀ ਪਿਆਰ ਦਿਓਗੇ ਜਾਤੇ ਜਾਤੇ ਆਪਣੀ ਟੈਗਲਾਈਨ ਪਲੀਜ਼ ਯੂਜ਼ ਕਰੀਏ ਲਵ ਯੂ ਸਾਰੇ ਫੈਨਸ ਕੇ ਲਈ ਆਪਣੀ ਲਵ ਯੂ ਆਲ ਥੈਂਕ ਯੂ ਸੋ ਮਚ ਸਰ ਗਿਵਿੰਗ ਅਸ ਯੋਰ ਪ੍ਰੈਸ਼ੀਅਸ ਟਾਈਮ ਤੋਂ ਆਪਨੇ ਦੇਖਾ ਇਹ ਤੇ ਹਮਾਰੇ ਸਾਥ ਕਾਮੇਡੀ ਕਿੰਗ ਜੋ ਹਮਾਰੀ ਪੰਜਾਬੀ ਇੰਡਸਟਰੀ ਕੋ ਹਰ ਮੂਵੀ ਮੇ ਬਹੁਤ ਹਸਾਤੇ ਹੈ ਮਿਸਟਰ ਜਸਵਿੰਦਰ ਭੱਲਾ ਜੀ ਸਟਾਰਟਿੰਗ ਮੇ ਹਮਨੇ ਬਤਾਇਆ ਥਾ ਕਿ ਅਗਰ ਮੈਗੀ ਮੇ ਮੈਗੀ ਮਸਾਲਾ ਨਾ ਡਾਲਾ ਜਾਏ ਤੋ ਅਨਫਲੇਵਰਡ ਹੋ ਜਾਤੀ ਹੈ ਸੇਮ ਹਮ ਯਹੀ ਬਾਤ ਆਪ ਫਿਰ ਸੇ ਰਿਪੀਟ ਕਰੇਂਗੇ ਕਿ ਜਸਵਿੰਦਰ ਭੱਲਾ ਜੀ ਅਗਰ ਕਿਸੀ ਪੰਜਾਬੀ ਮੂਵੀ ਮੇ ਨਾ ਹੋ ਤੋ ਉਸ ਮੂਵੀ ਕੋ ਦੇਖਨੇ ਕਾ ਮਜ਼ਾ ਹੀ ਨਹੀਂ ਆਤਾ ਤੋ ਆਪ 14 ਜੂਨ ਕੋ ਉਨਕੀ ਮੂਵੀ ਰਿਲੀਜ਼ ਹੋਣੇ ਵਾਲੀ ਹੈ ਉਨ੍ਹੋਂਨੇ ਅਪੀਲ ਵੀ ਕੀਆ ਸਾਰੇ ਲੁਧਿਆਨਵੀ ਸੇ ਪਲੀਜ਼ ਗੋ ਐਂਡ ਵਾਚ ਦਿਸ ਮੂਵੀ ਜੈਸੇ ਆਪਨੇ ਅਬ ਤੱਕ ਉਨਕੀ ਸਾਰੀ ਮੂਵੀਜ਼ ਕੋ ਪਿਆਰ ਦੀਆ ਹੈ ਐਸੀ ਉਸ ਮੂਵੀ ਕੋ ਵੀ ਪਲੀਜ਼ ਬਹੁਤ ਸਾਰਾ ਪਿਆਰ ਦੀਜੀਏ ਥੈਂਕ ਯੂ ਸੋ ਮਚ ਕੈਮਰਾਮੈਨ ਅਮਨਦੀਪ ਕੇ ਸਾਥ ਸ਼ਿਪਰਾ ਪਸਰੀਜਾ ਟਾਈਮਸ ਪੰਜਾਬ ਟੀਵੀ